ਨਮਸਕਾਰ ਖਬਰਾਂ ਦੇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਪਹਿਲਾ ਪੇਸ਼ ਨੇ ਝੂਣਵੀਆਂ ਖਬਰਾਂ ਦੇਸ਼ ਦੇ ਚੋਟੀ ਦੇ ਸੰਨਤ ਸੰਗਠਨਾ ਅਤੇ ਪੂੰਜੀਕਾਰਾਂ ਨੇ ਕੇਂਦਰੀ ਬਜਟ ਨੂੰ ਪ੍ਰਗਤੀਸ਼ੀਲ ਦੂਰਦਰਸ਼ੀ ਅਤੇ ਵਿਕਾਸ ਵਿੱਚ ਅੱਗੇ ਲਿਜਾਉਣ ਵਾਲਾ ਦੱਸਿਆ ਰੇਲ ਮੰਤਰੀ ਅਸ਼ਵਨੀ ਵੈਸ਼ਨਾਵ ਨੂੰ ਅਨੁਸਾਰ ਬਜਟ ਵਿੱਚ ਮਿਲੀ ਮਦਦ ਨਾਲ ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟ ਅੱਗੇ ਵਧਾਉਣ ਵਿੱਚ ਮਿਲੇਗੀ ਮਦਦ G20 ਗਰੁੱਪ ਦੀ ਮੀਟਿੰਗ ਜੋਧਪੁਰ ਅਤੇ ਗੁਹਾਟੀ ਵਿਖੇ ਹੋਈ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਨਾਲ ਸਨਤਾ ਅਤੇ ਪੁੰਜੀਕਾਰਾਂ ਨੇ ਕੇਂਦਰੀ ਬਜਟ 2023-24 ਨੂੰ ਪ੍ਰਗਤੀਸ਼ੀਲ, ਵਿਵੇਕਪੂਰਨ ਅਤੇ ਵਿਕਾਸ ਵਾਲਾ ਦੱਸਦਿਆਂ ਇਸ ਦਾ ਸਵਾਗਤ ਕੀਤਾ ਹੈ। ਫਿੱਕੀ ਦੇ ਪ੍ਰਧਾਨ ਸੁਬਰਕਾਂਤ ਪਾਂਡਾ ਨੇ ਕਿਹਾ ਕਿ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਅਤੇ ਇਹ ਬਜਟ ਨਾ ਸਿਰਫ ਦੇਸ਼ ਲਈ ਮਹੱਤਵਪੂਰਨ ਹੈ ਬਲਕਿ ਭਾਰਤ ਨੂੰ ਦੁਨੀਆ ਦਾ ਵਿਕਾਸ ਇੰਜਨ ਬਣਾਉਣ ਦੀ ਦਿਸ਼ਾ ਵੱਲ ਇੱਕ ਕਦਮ ਹੈ। ਸੀਆਈਆਈ ਦੇ ਪ੍ਰਧਾਨ ਸੰਜੀਵ ਬਜਾਜ ਨੇ ਇਸ ਬਜਟ ਨੂੰ ਵਿਕਾਸ ਵਾਲਾ ਦੱਸਦਿਆਂ ਕਿਹਾ ਕਿ ਜਨਤਕ ਪੂੰਜੀਗਤ ਖਰਚ ਵਿੱਚ 33% ਦੇ ਵਾਧੇ ਨਾਲ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਮਿਲੇਗੀ। ਐਸਓਚਐਮ ਦੇ ਪ੍ਰਧਾਨ ਸੁਮੰਤ ਸਿਨਹਾ ਨੇ ਕਿਹਾ ਕਿ ਇਸ ਬਜਟ ਨਾਲ ਵਪਾਰ ਸੁਗਮਤਾ ਨੂੰ ਉਤਸ਼ਾਹ ਮਿਲੇਗਾ ਅਤੇ ਐਮਐਸਐਮਈ ਖੇਤਰ ਨੂੰ ਮਦਦ ਮਿਲੇਗੀ ਕਾਂਗਰਸ ਪਾਰਟੀ ਨੇ ਟੈਕਸ ਕਟੌਤੀ ਨਾਲ ਸੰਬੰਧਿਤ ਕੇਂਦਰੀ ਬਜਟ ਦੇ ਐਲਾਨਾਂ ਦੀ ਸ਼ਲਾਘਾ ਕੀਤੀ ਹੈ ਪਾਰਟੀ ਸੰਸਦ ਕਾਰਤੀ ਚਿਦੰਬਰਮ ਨੇ ਕਿਹਾ ਕਿ ਕੋਈ ਵੀ ਟੈਕਸ ਕਟੌਤੀ ਇੱਕ ਸਵਾਗਤ ਯੋਗ ਕਦਮ ਹੈ ਪਾਰਟੀ ਸੰਸਦ ਸ਼ਸ਼ੀ ਥਰੂਰ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਕੁਝ ਚੀਜ਼ਾਂ ਚੰਗੀਆਂ ਨੇ ਹਾਲਾਂਕਿ ਇਸ ਵਿੱਚ ਮਨਰੇਗਾ ਬੇਰੋਜ਼ਗਾਰੀ ਅਤੇ ਮਹਿੰਗਾਈ ਦਾ ਕੋਈ ਜ਼ਿਕਰ ਨਹੀਂ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਂਦਰੀ ਬਜਟ ਨੂੰ ਵਿਕਾਸ ਦੀਆਂ ਲੀਹਾਂ ਤੇ ਅੱਗੇ ਲਿਜਾਣ ਵਾਲਾ ਦੱਸਦਿਆਂ ਕਿਹਾ ਹੈ ਕਿ ਇਸ ਨਾਲ ਅਗਲੇ ਕੁਝ ਬਰਿਆਂ ਵਿੱਚ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਵਿੱਚ ਮਦਦ ਮਿਲੇਗੀ ਬਜਟ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਲਈ ਇਸ ਵਾਰ ਬਜਟ ਵਿੱਚ 594000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜਾ ਪਿਛਲੇ ਬਰੇ ਦੀ ਤੁਲਨਾ ਵਿੱਚ 13% ਵਾਧਾ ਹੈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਰੇਲਵੇ ਨੂੰ ਤਕਰੀਬਨ 2.4 ਲੱਖ ਕਰੋੜ ਦੇ ਬਜਟ ਅਬੰਟਨ ਨਾਲ ਦੇਸ਼ ਵਿੱਚ ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰੇਲ ਬਜਟ ਮੁਸਾਫਰਾ ਦੀਆਂ ਆਸਾਂ ਨੂੰ ਵੀ ਪੂਰਾ ਕਰੇਗਾ ਅਤੇ ਰੇਲਵੇ ਦੇ ਬੁਨਿਆਦੀ ਢਾਂਚੇ ਵਿੱਚ ਤਬਦੀਲੀ ਲਿਆਵੇਗਾ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 1275 ਸਟੇਸ਼ਨਾਂ ਦਾ ਪੁਨਰ ਵਿਕਾਸ ਕੀਤਾ ਜਾਵੇਗਾ। ਉਨਾ ਕਿਹਾ ਕਿ ਅਹਿਮ ਰੇਲ ਪ੍ਰੋਜੈਕਟਾਂ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਸਿੰਗਲ ਆਰਚ ਰੇਲਵੇ ਬ੍ਰਿਜ ਇਸ ਵੇਲੇ ਚਨਾਬ ਨਦੀ ਤੇ ਬਣਾਇਆ ਜਾ ਰਿਹਾ ਹੈ। ਸੰਸਦ ਵਿੱਚ ਵਿੱਤ ਮੰਤਰੀ ਵੱਲੋਂ ਕੱਲ ਪੇਸ਼ ਬਜਟ ਦੀ ਆਮ ਲੋਕਾਂ ਨੇ ਸ਼ਲਾਘਾ ਕੀਤੀ ਹੈ। ਜਲੰਧਰ ਵਿੱਚ ਸਾਡੇ ਪ੍ਰਤੀਨਿਧੀ ਅਮਰਜੀਤ ਸਿੰਘ ਕੁੱਕੂ ਨਾਲ ਗੱਲਬਾਤ ਕਰਦੇ ਹਾਂ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਇੱਕ ਬਿਹਤਰੀਨ ਬਜਟ ਪੇਸ਼ ਕੀਤਾ ਹੈ ਜਿਸ ਨਾਲ ਦੇਸ਼ ਵਿਕਾਸ ਦੀ ਰਾਹ ਤੇ ਅੱਗੇ ਵਧੇਗਾ। ਇਹ ਬਜਟ ਪਹਿਲੀ ਵਾਰੀ ਮੈਂ ਸਮਝਦਾ ਕਿ ਸਲਾਗਾ ਯੋਗ ਨੂੰ ਮੈਂ ਕਹਾਂਗਾ ਕਿਉਂਕਿ ਇਹਦੇ ਵਿੱਚ ਸਾਰਿਆਂ ਨੂੰ ਇਨਕਮ ਟੈਕਸ ਸਲੈਬ ਦੇ ਵਿੱਚ ਕੁਝ ਰਾਹਤ ਮਿਲੀ ਹੈ ਇਹਦੇ ਨਾਲ ਸਾਡੇ ਨਸਲਿਸਟਾਂ ਦੇ ਖਾਸ ਕਰਕੇ ਆਮ ਪਬਲਿਕ ਦੇ ਚਿਹਰੇ ਤੇ ਵੀ ਰੌਣਕ ਆਈ ਹੈ ਪੰਜਾਬ ਗਵਰਨਮੈਂਟ ਤਾਂ ਇੰਡਸਟਰੀ ਬਾਰੇ ਕੁਝ ਸੋਚ ਨਹੀਂ ਰਹੀ ਕੁਝ ਵੀ ਨਹੀਂ ਸੋਚ ਰਹੀ ਇੰਡਸਟਰੀ ਜਿਹੜੀ ਹੈ ਉਹ ਖੀਲੇ ਸਾਹਾਂ ਤੇ ਤੋ ਜੇ ਤੁਸੀਂ ਇੰਡਸਟਰੀ ਨੂੰ ਉਤਸ਼ਾਹ ਦਿਓਗੇ ਤੇ ਮੇਰਾ ਖਿਆਲ ਨੇ ਵੀ ਤੇ এমਪਲੋਇਮੈਂਟ ਵੀ ਜ਼ਿਆਦਾ ਮਿਲੇਗੀ ਸਾਡੇ ਬੱਚੇ ਬਹੁਤ ਫੋਰਨ ਕੰਟਰੀ ਚ ਨਹੀਂ ਜਾਣਗੇ ਇਹੀ ਮੇਰੀ ਗਵਰਨਮੈਂਟ ਅਗੇ ਰਿਕੁਐਸਟ ਹੈ ਪਿਛਲੇ 5 ਸਾਲਾਂ ਦੇ ਵਿੱਚ ਇਹ ਬਜਟ ਜਿਹੜਾ ਹੈ ਵਧੀਆ ਆਇਆ ਹੈ ਕਿਉਂਕਿ ਇਹਦੇ ਵਿੱਚ ਜਿੱਥੇ ਹੋਰ ਸਮਾਜ ਨੂੰ ਵਧੀਆ ਕੁਝ ਮਿਲਿਆ ਹੈ ਉੱਥੇ ਸੀਨੀਅਰ ਸਿਟੀਜ਼ਨ ਨੂੰ ਚੰਗਾ ਮਿਲਿਆ ਕਿਉਂਕਿ ਜਿਹੜਾ ਇਨਕਮ ਟੈਕਸ ਹੈ ਉਹ 5 ਲੱਖ ਤੋਂ ਸਿੱਧਾ 7 ਲੱਖ ਹੋ ਗਿਆ ਹੈ ਉਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਨੂੰ ਇੱਕ ਸੇਵੀ ਸਕੀਮ ਹੈ ਜਿਹੜੀ ਕਿ ਅਸੀਂ ਪੋਸਟ ਆਫਿਸ ਦੇ ਵਿੱਚ ਕਰਦੇ ਆ ਉਹ ਪਹਿਲਾਂ 15 ਲੱਖ ਸੀ ਹੁਣ ਉਹ 30 ਲੱਖ ਤੱਕ ਹੋ ਗਈ ਹੈ ਜਿਸ ਤੇ ਸਾਨੂੰ ਵਿਆਜ ਵੀ ਚੰਗਾ ਮਿਲਦਾ ਹੈ 8% ਤੱਕ ਵਿਆਜ ਮਿਲਦਾ ਹੈ ਇਹ ਚੰਗੀ ਸਕੀਮ ਹੈ ਇਹ ਦੇਖੋ ਇੰਨਾ ਫਰਕ ਪੈਣਾ ਡਬਲ ਹੋ ਜਾਣਾ ਬੜਾ ਹੈ ਬਜਟ ਦਾ ਵੀ ਜਿਹੜਾ ਹੈਗਾ ਇਨਕਮ ਟੈਕਸ ਦੇ ਜਿਹੜੇ 2 ਲੱਖ ਦਾ ਇਕੱਠਾ ਫਰਕ ਪੈਣਾ ਇਨਕਮ ਟੈਕਸ ਬਹੁਤ ਬਚਤ ਹੁੰਦੀ ਹੈ ਮੈਨੂੰ ਬਹੁਤ ਹੀ ਅੱਛਾ ਲੱਗਿਆ ਬਜਟ ਕਿਉਂਕਿ ਉਹ ਮਿਡਲ ਕਲਾਸ ਫ੍ਰੈਂਡਲੀ ਹੈ ਤੇ ਟੈਕਸਪੇਅਰ ਫ੍ਰੈਂਡਲੀ ਹੈ ਮੈਂ ਖੁਦ ਇੱਕ ਟੈਕਸਪੇਅਰ ਹਾਂ ਮੈਨੂੰ ਬੜਾ ਵਧੀਆ ਲੱਗਿਆ ਕਿ ਸਾਡੀ ਸੇਵਿੰਗ ਹੋਣ ਵਾਲੀ ਹੈ ਸਾਡਾ ਟੈਕਸ ਸਲੈਬ ਜਿਹੜਾ ਇਹਨਾਂ ਨੇ 5 ਲੱਖ ਤੋਂ 7 ਲੱਖ ਕਰ ਦਿੱਤਾ ਹੈ ਪਲੱਸ ਸਾਡੀ ਲੇਡੀਜ਼ ਵਾਸਤੇ ਇਹਨਾਂ ਨੇ ਬਹੁਤ ਹੀ ਵਧੀਆ ਇੱਕ ਸਕੀਮ ਕਢੀ ਹੈ ਜਿਹੜੀ ਕਿ ਪੋਸਟ ਆਫਿਸ ਵਿੱਚ ਅਸੀਂ ਆਪਣੇ ਪੈਸੇ ਡਿਪੋਜ਼ਿਟ ਕਰ ਸਕਦੇ ਹਾਂ ਔਰ ਸਾਨੂੰ 2 ਸਾਲ ਦੇ ਵਿੱਚ ਇੱਕ ਅੱਛਾ ਵਿਆਜ ਦੇਣ ਦਾ ਉਹਨਾਂ ਦਾ ਇੱਕ ਵਿਚਾਰ ਹੈਗਾ ਹੈ ਇਹ ਸਾਡੇ ਸਭ ਭੈਣਾਂ ਨੂੰ ਬਹੁਤ ਹੀ ਫਾਇਦਾ ਦੇਣ ਵਾਲਾ ਹੈ ਪਲੱਸ ਇੱਕ ਮੈਡੀਕਲ ਪੇਸ਼ੇ ਦੇ ਵਿੱਚ ਹੋਣ ਕਰਕੇ ਮੈਨੂੰ ਲੱਗਦਾ ਹੈ ਕਿ ਨਰਸਿੰਗ ਕਾਲਜਸ ਵੀ ਨਵੇਂ ਬਹੁਤ ਸਾਰੇ ਖੁੱਲੇ ਹਨ ਜਿਦੇ ਵਿੱਚ ਸਾਡੀ ਬੱਚੀਆਂ ਇੱਕ ਸਕਿਲਡ ਕੈਟਾਗਰੀ ਦੇ ਵਿੱਚ ਇੱਕ ਅੱਛਾ ਆਪਣਾ ਆਪਣਾ ਯੋਗਦਾਨ ਦੇ ਸਕਦੀਆਂ ਹੋ ਇੱਕ ਆਪਣੇ ਪੈਰਾਂ ਤੇ ਖੜੇ ਹੋਣ ਦਾ ਉਹਨਾਂ ਲਈ ਬਹੁਤ ਅੱਛਾ ਮੌਕਾ ਹੈ ਔਰ ਨਾਲ ਹੀ ਮੈਂ ਦੇਖ ਰਹੀ ਹਾਂ ਕਿ ਜਿਹੜਾ ਬਜਟ ਹੈਗਾ ਹੈ ਗ੍ਰੀਨ এনवायरमेंट ਫ੍ਰੈਂਡਲੀ ਹੈ ਇਹਦੇ ਵਿੱਚ ਸਾਡੀ ਗ੍ਰੀਨ એનર્ਜੀ ਵੱਲ ਜਿਆਦਾ ਬਜਟ ਦਾ ਇੱਕ 파ਟ ਪਾਇਆ ਗਿਆ ਹੈ ਤਾਂ ਕਿ ਸਾਡਾ এনवायरमेंट ਜਿਹੜਾ ਪੋਲਿਊਸ਼ਨ ਫ੍ਰੀ ਹੋਵੇ ਔਰ ਹੈਲਥ ਫ੍ਰੈਂਡਲੀ ਹੋਵੇ ਪ੍ਰੋਗਰੈਸਿਵ ਬਜਟ ਹੈ ਇਹ ਚ ਬੜਾ ਡਿਵੈਲਪਮੈਂਟ ਦੀ ਬੜੀ ਗੱਲ ਹੋਈ ਹੈ ਜਿੱਧਰ ਤੱਕ ਮੈਂ ਆਪਣੇ ਖੇਤਰ ਜਿਹੜਾ ਕਿ ਬੈਂਕਿੰਗ ਸੈਕਟਰ ਹੈ ਇਹਦੀ ਗੱਲ ਕਰਾਂ ਜਦੋਂ ਜਦੋਂ ਦੇਸ਼ ਪ੍ਰਗਤੀ ਕਰੇਗਾ ਅੱਗੇ ਵਧੇਗਾ ਤਾਂ ਆਟੋਮੈਟਿਕਲੀ ਬੈਂਕਿੰਗ ਦਾ ਜੀਡੀਪੀ ਹੈ ਉਹ ਅੱਗੇ ਵਧਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਨਾ ਕਰੋਨਾ ਤੋਂ ਬਾਅਦ ਲੋਕਾਂ ਦੇ ਕੰਮਕੁਮ ਜਿਹੜੇ ਹੈ ਦੁਬਾਰਾ ਰਿਵਾਈਵ ਹੋ ਗਏ ਹੈ ਕ੍ਰੈਡਿਟ ਗਰੋਥ ਡਬਲ ਡਿਜੀਟ ਹੈ ਜਿਹੜੀ ਫਾਈਨੈਂਸ ਮਿਨਿਸਟਰ ਨੇ ਬੜੀ ਅੱਛੀ ਇੱਕ ਗੱਲ ਕੀਤੀ ਜਿਹੜਾ ਇਹਨਾਂ ਨੇ ਇਨਫਰਾਸਟ੍ਰਕਚਰ ਨੂੰ ਜਿਹੜੀ ਸਪੈਂਡਿੰਗ ਹੈ ਸਟੇਟਸ ਨੂੰ ਇੰਟਰਸਟ ਫ੍ਰੀ ਲੋਨਸ ਦੇਣਗੇ ਤੇ ਫਿਸਕਲ ਡੈਫਿਸਟ ਆਪਣਾ ਘਟਾਉਣ ਦੀ ਗੱਲ ਕੀਤੀ ਹੈ ਦੇਖੋ ਇਹ ਇੱਕ ਬਹੁਤ ਰਿਮਾਰਕੀਬਲ ਗੱਲ ਹੈ ਇਹ ਡੈਫਿਸਟ ਘਟੇਗਾ ਬੋਰਿੰਗ ਵਗੈਰਾ ਘਟਦੀ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਬੈਂਕਿੰਗ ਸਟਾਕ ਸੀ ਜਿਹੜੇ ਨਿਫਟੀ 'ਚ ਉਹ ਕਿੰਨੀ ਉੱਪਰ ਚਲੇਗੇ ਇਹ ਦਾਸੀ ਆਪਣੀ ਇਨਵੈਸਟਮੈਂਟਸ ਕਰਦੇ ਆ ਜਿਹੜੀ ਗਵਰਨਮੈਂਟ ਸਿਕਿਉਰिटीज ਚ ਉਹ ਬਿਲਕੁਲ ਐਂਡ ਉੱਪਰ ਨੂੰ ਗਈਆਂ ਇਹ ਸਭ ਮਤਲਬ ਉਹਦੀ ਸਪੀਚ ਦੇ ਕਰਕੇ ਇਹ ਜਿਹੜਾ ਉਹਨਾਂ ਨੇ ਇੱਕ ਸਾਨੂੰ ਪ੍ਰੋਗਰੈਸਿਵ ਰਸਤਾ ਅੱਗੇ ਦਿਖਾਇਆ ਹੈ ਤੇ ਆਟੋਮੈਟਿਕਲੀ ਜੀ ਬੈਂਕਿੰਗ ਤਾਂ ਇਸ ਬਾਉਂਡ ਕੀ ਤਾਂ ਕਿ ਜਾਣੀ ਜਾਣੀ ਹੈ ਇਹਦੇ ਵਿੱਚ ਕੋਆਪਰੇਟਿਵ ਮੂਵਮੈਂਟ ਲਈ ਜਿਹੜਾ 900 100 ਕਰੋੜ ਤੁਸੀਂ ਸਿਤਾ ਰਮਨ ਜੀ ਨੇ ਇਹ ਬਜਟ ਜਿਹੜਾ ਕੋਆਪਰੇਟਿਵ ਦੇ ਵਿੱਚ ਬਜਟ ਇਹ ਦਿੱਤਾ ਇਹ ਬਹੁਤ ਵਧੀਆ ਦਿੱਤਾ ਔਰ ਇਹ ਸਲਾਹ ਦਾ ਯੋਗ ਹੈ ਇਦੇ ਨਾਲ ਨਾਲ ਕੋਆਪਰੇਟਿਵ ਮੂਵਮੈਂਟ ਵਾਸਤੇ ਜਿਹੜੀ ਉਹਨਾਂ ਨੇ ਕੰਪਨਸੇਸ਼ਨਸ ਦਿੱਤੀਆਂ ਨੇ ਐਗਰੀਕਲਚਰ ਸੈਕਟਰ ਵਾਸਤੇ ਉਹ ਵੀ ਬਹੁਤ ਵਧੀਆ ਦੇ ਇਸੇ ਤਰ੍ਹਾਂ ਹੀ ਉਹਨਾਂ ਨੇ ਜਿਹੜੀ ਨੈਸ਼ਨਲ ਕੋਆਪਰੇਟਿਵ ਇੱਕ ਡਾਟਾਬੇਸ ਜਿਹੜਾ ਬਣਾਉਣਾ ਸ਼ੁਰੂ ਕੀਤਾ ਉਹ ਵੀ ਬਹੁਤ ਵਧੀਆ ਉਹ ਵੀ ਚਲਾਗਯੋਗ ਹੈ ਇਸੇ ਤਰ੍ਹਾਂ ਹੀ ਜਿਹੜੀਆਂ 슈ਗਰ ਮਿਲਾਂ ਦਾ ਜਿਹੜਾ ਪਕਾਇਆ ਰਹਿੰਦਾ ਸੀ 16 17 ਦੇ ਵਿੱਚ ਉਹਨੂੰ ਦੇਣ ਤੇ ਜਿਹੜਾ ਐਕਸਪੈਂਡੀਚਰ ਜਿਹੜਾ ਉਹਤੇ ਲਿਮਟ ਜਿਹੜੀ ਉਹ ਖਤਮ ਕੀਤੀ ਆ ਉਹ 1000 ਕਰੋੜ ਦਿੱਤਾ ਉਹ ਵੀ ਬਹੁਤ ਵਧੀਆ ਦਿੱਤਾ ਔਰ ਕੋਆਪਰੇਟਿਵ ਮੂਵਮੈਂਟ ਨੂੰ ਇਸ ਤਰ੍ਹਾਂ ਸਟਰੋਂਗ ਕਰਨ ਦਾ ਉਪਰਾਲਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੇਘਾਲਿਆ ਤੇ ਨਾਗਾਲੈਂਡ ਅਸੈਂਬਲੀ ਚੋਣਾਂ ਬਾਰੇ ਅੱਜ ਨਵੀਂ ਦਿੱਲੀ ਵਿੱਚ ਹੋਈ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਮੀਟਿੰਗ ਵਿੱਚ ਭਾਜਪਾ ਦੇ ਹੋਰ ਆਗੂ ਵੀ ਮੌਜੂਦ ਰਹੇ। G20 ਰੋਜ਼ਗਾਰ ਵਰਕਿੰਗ ਗਰੁੱਪ ਦੀ ਇੱਕ ਮੀਟਿੰਗ ਅੱਜ ਰਾਜਸਥਾਨ ਦੇ ਜੋਧਪੁਰ ਵਿੱਚ ਸ਼ੁਰੂ ਹੋਈ। ਇਸ ਮੀਟਿੰਗ ਵਿੱਚ 19 ਦੇਸ਼ਾਂ ਯੂਰਪੀ ਸੰਘ ਅਤੇ 9 ਮਹਿਮਾਨ ਦੇਸ਼ਾਂ ਦੇ ਖੇਤਰੀ ਅਤੇ ਕੌਮਾਂਤਰੀ ਸੰਗਠਨਾ ਦੇ 80 ਤੋਂ ਵੱਧ ਪ੍ਰਤੀਨਿਧ ਹਿੱਸਾ ਲੈ ਰਹੇ ਨੇ। ਇਸ ਮੀਟਿੰਗ ਲਈ ਜੋਧਪੁਰ ਸ਼ਹਿਰ ਦੇ ਮੁੱਖ ਚੌਂਕਾਂ ਅਤੇ ਥਾਵਾਂ ਨੂੰ ਪਧਾਰੋ ਮਹਾਰੇ ਦੇਸ਼ ਦੀ ਰਾਜਸਥਾਨੀ ਰਵਾਇਤ ਅਤੇ ਖੰਮਾ ਘਣੀ ਦੇ ਸਵਾਗਤ ਦੀ ਦੇਖ ਨਾਲ ਸਜਾਇਆ ਗਿਆ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਮਹਿਮਾਨਾਂ ਦਾ ਸਵਾਗਤ ਕੱਲ ਜੋਧਪੂਰੀ ਸਾਫੇ ਅਤੇ ਰਵਾਇਤੀ ਤੁਨਾ ਨਾਲ ਰਾਜ ਸਥਾਨੀ ਅੰਦਾਜ਼ ਵਿੱਚ ਕੀਤਾ ਗਿਆ ਮੀਟਿੰਗ ਨੂੰ ਦੇਖਦੇ ਆਂ ਸ਼ਹਿਰ ਵਿੱਚ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਨੇ ਇੱਧਰ ਗੁਹਾਟੀ ਵਿਖੇ ਵੀ G20 ਦੀ ਪ੍ਰਧਾਨਗੀ ਤਹਿਤ ਅੱਜ ਇੱਕ ਮੀਟਿੰਗ ਸ਼ੁਰੂ ਹੋਈ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਦਾ ਉਦਘਾਟਨ ਕੀਤਾ। ਵਸੂਦੇਵ ਕਟੁੰਬਕਮ ਤੇ ਆਧਾਰਿਤ ਇਸ ਮੀਟਿੰਗ ਦਾ ਵਿਸ਼ਾ ਇੱਕ ਪ੍ਰithvi, ਇੱਕ ਪਰਿਵਾਰ, ਇੱਕ ਭਵਿੱਖ। ਇਸ ਮੀਟਿੰਗ ਵਿੱਚ G20 ਮੈਂਬਰ ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਵੱਖ-ਵੱਖ ਕੋਮਾਂਤਰੀ ਸੰਗਠਨਾ ਦੇ 100 ਤੋਂ ਵੱਧ ਪ੍ਰਤੀਨਿਧ ਹਿੱਸਾ ਲੈ ਰਹੇ ਨੇ। ਮੀਟਿੰਗ ਵਿੱਚ ਜਲਵਾਯੂ ਪਰਿਵਰਤਨ ਨਾਲ ਸੰਬੰਧਿਤ ਉਪਾਵਾਂ ਤੇ ਠੁਕਮੇ ਵਸੀਲੇ ਜਟਾਉਣਾ, ਸਤਤ ਵਿਕਾਸ ਲਈ ਮੰਗਲੀ ਵਸੀਲਿਆਂ ਦੀ ਵਿਸ਼ਾ ਅਤੇ ਵਾਤਾਵਰਣ ਲਈ ਸਮਰਥਾ ਨਿਰਮਾਣ ਬਾਰੇ ਚਰਚਾ ਕੀਤੀ ਜਾਵੇਗੀ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆਰਐਨਯੂ ਡੀਡੀਕੇ ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਦੇਸ਼ ਦੇ ਛੋਟੇ ਦੇ ਸੰਤ ਸੰਗਠਨਾ ਅਤੇ ਪੂੰਜੀਕਾਰਾਂ ਨੇ ਕੇਂਦਰੀ ਬਜਟ ਨੂੰ ਪ੍ਰਗਤੀਸ਼ੀਲ, ਦੂਰਦਰਸ਼ੀ ਅਤੇ ਵਿਕਾਸ ਵਿੱਚ ਅੱਗੇ ਲਿਜਾਉਣ ਵਾਲਾ ਦੱਸਿਆ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਅਨੁਸਾਰ ਬਜਟ ਵਿੱਚ ਮਿਲੀ ਮਦਦ ਨਾਲ ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟ ਅੱਗੇ ਵਧਾਉਣ ਵਿੱਚ ਮਿਲੇਗੀ ਮਦਦ ਜੀ 20 ਗਰੁੱਪ ਦੀ ਮੀਟਿੰਗ ਜੋਧਪੁਰ ਅਤੇ ਗੋਹਾਟੀ ਵਿਖੇ ਹੋਈ ਸ਼ੁਰੂ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ